ਅਸਲਾਮ ਵਾਲੇਕੁਮ ਜੀ, ਵੈਲਕਮ ਹੋ ਗਿਆ ਤੁਹਾਡਾ ਇੱਕ ਨਵੇਂ ਵਲੌਗ 'ਚ। ਕੀ ਹਾਲ ਹੈ ਸਾਡੇ ਪੰਜਾਬ ਵਾਲੇ ਅਤੇ ਲਹਿੰਦੇ ਪੰਜਾਬ ਵਾਲੇ? ਉਮੀਦ ਕਰਦੇ ਹਾਂ ਕਿ ਬਈ ਜੀ ਤੁਸੀਂ ਸਾਰਾ ਖਰੀਦ ਨਾਲ ਹੋਗੇ ਅਤੇ ਅੱਗੇ ਜੇ ਕੋਈ ਸਾਡਾ ਵੀਰ ਭਰਾ ਕਿਸੇ ਮੁਸੀਬਤ 'ਚ, ਕਿਸੇ ਪਰੇਸ਼ਾਨੀ 'ਚ, ਕਿਸੇ ਬਿਮਾਰੀ 'ਚ ਮੁਬਤਲਾ, ਤਾਂ ਅਸੀਂ ਆਪਣੇ ਰੱਬ ਤਾਲਾ ਅੱਗੇ ਦੁਆ ਕਰਦੇ ਕਿ ਅੱਲਾਹ ਤਾਲਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ ਜੀ, ਔਰ ਰੱਬ ਤਾਲਾ ਸਪੈਸ਼ਲੀ ਪਰਦੇਸੀ ਵੀਰਾਂ ਵਾਸਤੇ ਵੀ ਆਸਾਨੀਆਂ ਪੈਦਾ ਕਰੇ ਜੀ। ਲਓ ਜੀ, ਅਲਹਮਦੁਲਿਲਾ ਰੋਜ਼ੇ ਨੇ ਜਿਹੜੇ ਜ਼ਬਰਦਸਤ ਜਾ ਰਹੇ ਨੇ। ਅੱਜ ਅਲਹਮਦੁਲਿਲਾ 11ਵੇਂ ਰੋਜ਼ੇ ਦੀ ਇਫਤਾਰੀ ਹੈ ਜਿਹੜੀ ਹੋ ਜਾਣੀ ਹੈ ਜੀ ਅਲਹਮਦੁਲਿਲਾ। ਅਤੇ ਮਾਰਕੀਟ ਜਾ ਰਹੇ ਹਾਂ ਜੀ, 2-3 ਦਿਨ ਹੋ ਗਏ ਨੇ, ਨੈੱਟ ਦਾ ਪੈਕੇਜ ਖਤਮ ਹੋਇਆ। ਅਤੇ ਯਕੀਨ ਕਰੋ ਕਿ ਨੈੱਟ ਦਾ ਪੈਕੇਜ ਇੰਨਾ ਜ਼ਰੂਰੀ ਹੈ ਕਿ ਜਿਵੇਂ ਬੰਦੇ ਨੂੰ ਜ਼ਿੰਦਾ ਰਹਿਣ ਵਾਸਤੇ ਸਾਹ ਨਹੀਂ ਜ਼ਰੂਰੀ, ਇਵੇਂ ਨੈੱਟ ਦਾ ਪੈਕੇਜ ਜ਼ਰੂਰੀ ਹੋਇਆ ਪਿਆ। ਉਹਦੀ ਵਜ੍ਹਾ ਹੈ ਕਿ ਜੀ ਕੰਮ ਆ ਜਿਹੜਾ ਇੱਥੇ ਚੈੱਕ ਕਰਵਾਉਣਾ ਪੈਂਦਾ, ਜਦੋਂ ਵੀ ਸ਼ੁਰਤਿਆਂ ਨੇ ਚੈੱਕ ਕਰ ਲਿਆ, ਉਹ ਮੇਰੇ ਕੋਲ ਨਹੀਂ ਹੈਗਾ, ਗੁੰਮ ਹੋ ਗਿਆ ਸੀ, ਨਵਾਂ ਨਹੀਂ ਨਿਕਲਿਆ। ਅਤੇ ਇਸ ਕਰਕੇ ਜੀ ਮੋਬਾਈਲ 'ਚ ਐਪ ਬਣਵਾਇਆ ਇੱਕ, ਉੱਥੇ ਜਾ ਕੇ ਸ਼ੋਅ ਹੋ ਜਾਂਦਾ, ਲੇਕਿਨ ਉਹ ਐਪ ਉਦੋਂ ਚੱਲਦੀ ਹੈ ਜਦੋਂ ਨੈੱਟ ਦਾ ਪੈਕੇਜ ਹੋਵੇ, ਵਰਨਾ ਨਹੀਂ ਚੱਲਦੀ। ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ। 2-3 ਦਿਨ ਹੋ ਗਏ ਨੇ ਅੱਗੇ ਜਾਇਆ ਨਹੀਂ ਗਿਆ, ਕਿਉਂਕਿ ਰਾਤ ਨੂੰ ਕੰਮ ਕਰੀਦਾ, ਦਿਨੇ ਸੌਂ ਜਾਈਦਾ, ਸ਼ਾਮ ਨੂੰ ਲੇਟ ਉੱਠੀਦਾ, ਅਸਰ ਤੋਂ ਬਾਅਦ ਜਾ ਕੇ ਕਿਤੇ ਉਵੇਂ ਕੰਮ 'ਤੇ ਨਿਕਲ ਜਾਈਦਾ ਫਿਰ। ਅਤੇ ਅੱਜ ਥੋੜ੍ਹਾ ਜਿਹਾ ਟਾਈਮ ਕੱਢਿਆ ਔਰ ਜਾਂਦੇ ਪਏ ਅਲਹਮਦੁਲਿਲਾ, ਅਤੇ ਨੈੱਟ ਦਾ ਪੈਕੇਜ ਲਗਵਾ ਕੇ ਆਉਂਦੇ, ਕਿਉਂਕਿ ਜ਼ਰੂਰੀ ਹੈ ਬਹੁਤ ਜੀ। ਅੱਛਾ ਯਾਰ, ਜ਼ਿੰਦਗੀ 'ਚ ਇੱਕ ਫੈਸਲਾ ਨਹੀਂ ਤੈਅ ਹੋ ਪਾ ਰਿਹਾ, ਮੈਂ ਬੜੇ ਅਰਸੇ ਦਾ ਇਸ ਕਸ਼ਮਕਸ਼ 'ਚ, ਯਕੀਨ ਕਰੋ, ਔਰ ਆਉਣ ਵਾਲੇ 5-6 ਮਹੀਨਿਆਂ 'ਚ ਵੀ, ਕਿਉਂਕਿ ਮੈਂ 5 ਤੋਂ 6 ਮਹੀਨੇ ਅਲਹਮਦੁਲਿਲਾ ਇੱਕ ਦਫ਼ਾ ਤਾਂ ਇੱਥੇ ਹੀ ਹਾਂ। ਇੱਥੇ ਮੇਰਾ ਰਹਿਣ ਨੂੰ ਦਿਲ ਨਹੀਂ ਕਰਦਾ, ਮੈਂ ਪਾਕਿਸਤਾਨ ਜਾਣਾ ਚਾਹੁੰਦਾ, ਲੇਕਿਨ ਯਕੀਨ ਕਰੋ ਕਿ ਪਾਕਿਸਤਾਨ ਦੇ ਹਾਲਾਤ ਅੱਗੋਂ ਬਈ ਜੀ ਗਿਰੇਬਾਨ ਪਕੜ ਪਕੜ ਕੇ ਕਹਿੰਦੇ ਨੇ ਕਿ ਇੱਥੇ ਕੀ ਕਰੇ। ਹਕੀਕਤ ਗੱਲ ਹੈ, ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ। ਪਾਕਿਸਤਾਨ ਦੇ ਹਾਲਾਤਾਂ ਦੇ ਬਾਰੇ ਜਦੋਂ ਸੋਚੀਦਾ ਕਿ ਉੱਥੇ ਕੀ ਕਰਾਂਗੇ, ਫਿਰ ਜਿਹੜਾ ਦਿਲ ਡਗਮਗਾ ਜਾਂਦਾ, ਫੈਸਲਾ ਨਹੀਂ ਹੋ ਪਾ ਰਿਹਾ। ਇੱਥੇ ਇਨਸਾਨ ਆਪਣੀ ਮਰਜ਼ੀ ਨਾਲ ਆ ਸਕਦਾ, ਲੇਕਿਨ ਜਾ ਨਹੀਂ ਸਕਦਾ, ਕਿਉਂਕਿ ਜਦੋਂ ਤੁਸੀਂ ਇੱਥੇ ਆਉਣਾ ਆਪਣੀ ਮਰਜ਼ੀ ਨਾਲ ਆਉਣਾ ਔਰ ਬਹੁਤ ਜ਼ਿਆਦਾ ਖੁਸ਼ੀ ਨਾਲ ਆਉਣਾ, ਲੇਕਿਨ ਜਦੋਂ ਤੁਸੀਂ ਇੱਥੇ ਆ ਜਾਣਾ ਫਿਰ ਤੁਸੀਂ ਇੱਥੇ ਆ ਕੇ ਫਸ ਜਾਣਾ। ਇੱਥੇ ਫਿਰ ਤੁਸੀਂ ਆਪਦੀ ਮਰਜ਼ੀ ਨਹੀਂ ਕਰ ਸਕਦੇ। ਮੈਂ ਜਦੋਂ ਪਹਿਲੀ ਦਫ਼ਾ ਆਇਆ, ਯਕੀਨ ਕਰੋ ਕਿ ਮੈਂ ਬਾਰ ਬਾਰ ਇਹ ਗੱਲ ਕਹੀ ਕਿ ਮੈਂ ਸਾਲ ਬਾਅਦ ਚਲੇ ਜਾਣਾ, ਮੈਂ ਸਾਲ ਬਾਅਦ ਚਲੇ ਜਾਣਾ, ਲੇਕਿਨ ਮੈਨੂੰ 2 ਸਾਲ ਕੰਪਲੀਟ ਹੋਣ ਵਾਲੇ ਨੇ ਅਤੇ ਹਾਲੇ ਤੀਕਰ ਜਾਇਆ ਨਹੀਂ ਜਾ ਸਕਦਾ, ਅਤੇ 5-6 ਮਹੀਨੇ ਹਾਲੇ ਹੋਰ ਇੱਥੇ ਫਿਰ ਨਹੀਂ ਜਾਇਆ ਜਾ ਸਕਦਾ। ਅਤੇ ਇੱਥੇ ਉਹ ਗੱਲ ਹੈ ਕਿ ਬਈ ਜੀ ਆ ਸਕਦਾ ਬੰਦਾ ਮਰਜ਼ੀ ਨਾਲ, ਲੇਕਿਨ ਜਾ ਨਹੀਂ ਸਕਦਾ। ਬਾਕੀ ਅੱਲਾ ਖੈਰ ਕਰੇ, ਇਨਸ਼ਾਅੱਲਾ ਦੇਖਦੇ, ਹਾਲੇ ਸੋਚਦੇ ਪਏ ਹਾਂ ਕਿ ਇਨਸ਼ਾਅੱਲਾ ਕੋਈ ਨਾ ਕੋਈ ਅੱਛਾ ਫੈਸਲਾ ਹੋ ਜਾਏਗਾ ਜੀ। ਰਾਤ ਕਿਆ ਬੋਲਾ ਵੋ ਛੋਟੀ ਜਿਹੀ, ਲਓ ਜੀ ਤਿਆਰੀ ਹੋ ਗਈ ਹੈ, ਚੱਲੇ ਹਾਂ, ਪਾਣੀ ਬਣਾ ਲਿਆ ਅੱਜ ਘਰੋਂ ਹੀ ਮਿੱਠਾ, ਕਦੀ ਕਦੀ ਬਣਾਈਦਾ, ਰੋਜ਼ਾਨਾ ਨਹੀਂ ਬਣਾਈਦਾ, ਕਿਉਂਕਿ ਪਾਣੀ ਮਿੱਠੇ ਦਾ ਮੌਸਮ ਨਹੀਂ ਹੈਗਾ, ਪਾਣੀ ਪੀ ਲਈਏ ਤਾਂ ਫਿਰ ਸਿਸਟਮ ਹੈ ਜਿਹੜਾ ਖਰਾਬ ਹੋ ਜਾਂਦਾ। ਹਾਂ ਸ਼ਰਾਜ ਕਿਆ ਬੋਲਦਾ ਉਹ। ਲਓ ਜੀ ਅਲਹਮਦੁਲਿਲਾ ਜੀ, ਕੰਮ ਤੋਂ ਆ ਕੇ ਰੋਜ਼ਾ ਰੱਖ ਕੇ ਅਤੇ ਨਮਾਜ਼ ਪੜ੍ਹ ਕੇ ਆ ਗਏ ਹਾਂ ਜੀ, ਕੱਪੜੇ ਧੋਣ ਵਾਲੇ ਪਏ ਨੇ ਉਹ ਧੋਨੇ ਆ, ਅਤੇ ਯਾਰ ਮੇਰਾ ਤਾਂ ਟਾਈਮ ਨਾ ਬਿਸਤਰੇ ਕੁੰਜੀ ਜਾਂਦਾ, ਮੈਂ ਸਿਰ ਕਿੱਧਰ ਆਈ ਤਿਆਰੀਆਂ ਖਿੱਚੀ ਫਿਰਨਾ ਬਾਬੂ ਬਣਿਆ ਹੋਇਆ। ਹੋਰ ਸੁਣਾ,